ਪੈਸੇ ਖਾ ਕੇ ਇੱਦਾਂ ਕਰ ਦਿੱਤੀ, ਮੈਂ ਕਿੱਥੇ ਜਾਵਾਂ? ਮੈਨੂੰ ਸਰ ਦੱਸ ਦਿਓ ਮੈਂ ਕਿੱਥੇ ਜਾਵਾਂ, ਮੇਰੀ ਸੁਣਵਾਈ ਨਹੀਂ ਹੋਈ। ਐਸ ਐਸ ਪੀ ਮੈਂ ਮੈਡਮ ਕੋਲ ਬਜ਼ੁਰਗ ਭੇਜ ਦਿੱਤੀ, ਦਰਖਾਸਤ ਦਿੱਤੀ, ਭੇਜ ਹੋਈ ਮੈਂ ਸ਼ਨੀਵਾਰ ਦੀ, ਕਦੇ ਕੱਲ੍ਹ ਦੀ ਫਲੈਟ ਉਹਨੇ ਫਿਰ ਨਿਕਲ ਜਾਣਾ, ਮੈਂ ਕਿਹਨੂੰ ਪੁੱਛੂਗੀ? ਕਹਿੰਦਾ ਜ਼ਿੰਮੇਵਾਰ ਤਾਂ ਸਾਡੇ ਵਾਲਿਆਂ ਦਾ ਬੰਦਾ ਲਿਆਓ, ਕਿੱਥੋਂ ਕਿਸੇ ਦੀ ਜ਼ਿੰਮੇਵਾਰ ਤਾਂ ਛੱਡਿਆ? ਮੈਨੂੰ ਉਸ ਦਿਨ ਹੋਈ ਚਾਹੀਦੀ, ਮੈਂ ਮਰ ਜਾਣਾ, ਮੈਂ ਇਹ ਤਾਂ ਟਾੜੇ ਗਾੜੀ ਮਰ ਜਾਣਾ, ਉਹਦੇ ਜ਼ਿੰਮੇਵਾਰ ਇਹ ਹੋਣਗੇ, ਕਿਉਂਕਿ ਇਹਨਾਂ ਦੀ ਮੈਂ ਬੰਦਾ ਚੁਕਾ ਤਾ, ਇਹਨਾਂ ਦੀ ਵਜ੍ਹਾ ਨਾਲ ਇਹ ਤੋਂ ਬੰਦਾ ਨਿਕਲਿਆ। ਤੁਸੀਂ ਸਾਰੇ 40,000 ਰੁਪਇਆ ਲੈ ਕੇ ਖਰੀਦੇ, ਬੰਦਾ ਚਾਹੀਦਾ ਮੈਨੂੰ, 40,000 ਰੁਪਇਆ ਮੈਨੂੰ ਉਹ ਚਾਹੀਦਾ ਬੰਦਾ, ਮੇਰਾ ਕਾਲ ਦੀ ਫਲੈਟ ਆ, ਉਹ ਬੰਦਾ ਨਿਕਲ ਗਿਆ, ਮੈਂ ਇੱਥੇ ਠਾਣੇ ਜਾ ਕੇ ਮਰ ਜਾਣਾ। ਮਸਲਾ ਇਹ ਸੀ ਕਿ ਮੇਰੇ ਹਸਬੈਂਡ ਨੇ ਫੋਰਨ ਕੰਟਰੀ ਤੋਂ ਆ ਕੇ ਦੂਜੀ ਮੈਰਿਜ ਕਰਾ ਲਈ, ਮੇਰੇ 3 ਬੱਚੇ ਆ, ਅਤੇ ਮੈਂ SSP ਦੀ ਦਰਖਾਸਤ ਦਿੱਤੀ ਸੀ, ਮੇਰੀ ਕੋਈ ਸੁਣਵਾਈ ਹੋਈ, ਉਹਨਾਂ ਮਤਲਬ ਚੁੱਕ ਕੇ ਲਿਆਂਦਾ ਇੱਥੇ ਆ ਕੇ, ਇਹਨਾਂ ਪੈਸੇ ਲੈ ਕੇ ਉਹਨੂੰ ਛੱਡ ਦਿੱਤਾ। ਮੈਨੂੰ ਕਹਿੰਦੇ ਉੱਤੇ ਪਰਚਾ ਕੱਟ ਕਰਤਾ, ਅੱਗੇ ਗੁਰਦਾਸਪੁਰ ਭੇਜਤਾ। ਮੈਨੂੰ ਪਤ ਖਬਰ ਮਿਲੀ ਕਿ ਉਹਨੂੰ ਬੰਦਾ ਛੱਡ ਦਿੱਤਾ, ਉਹਦੀ 14 ਤਾਰੀਖ ਦੀ ਫਿਰ ਫਲੈਟ, ਉਹ ਤਾਂ ਕੱਲ੍ਹ ਨਿਕਲ ਜਾਣ ਲੱਗਾ। ਮੈਂ ਇਸ ਕਰਕੇ ਮੇਰੀ ਕੋਈ ਮੈਂ ਰਾਤ ਦੇ 11 ਵਜੇ ਫਿਰ ਮੈਂ ਥਾਣੇ ਵਿੱਚ ਆਈ, ਮੈਂ ਕਿਹਾ ਮੈਨੂੰ ਦੱਸੋ ਵੀ ਕਿਹਦੀ ਜ਼ਿੰਮੇਵਾਰੀ 'ਤੇ ਤੁਸੀਂ ਛੱਡਿਆ, ਕਿ ਮੈਨੂੰ ਜੋ ਬੰਦਾ ਬਾਹਰ ਚਲ ਜਾਵੇ ਹੁਣ। ਮੈਂ ਆਈ ਕਹਿੰਦਾ ਤੁਹਾਡੀ ਜ਼ਿੰਮੇਵਾਰੀ, ਮੈਂ ਮੀਡੀਆ ਦੀ ਪ੍ਰੈਸ ਦੀ ਹੈਲਪ ਲੈ ਕੇ ਮੈਂ ਫਿਰ ਹੁਣ ਮਤਲਬ ਕਿ DSP ਦੇ ਕੋਲ ਪਹੁੰਚੀ ਆ, ਉਹ ਕਹਿੰਦੇ ਆ ਕਿ ਅਸੀਂ ਕਾਨੂੰਨੀ ਕਾਰਵਾਈ ਬਣਦੀ ਆ, ਕਹਿੰਦੇ ਅਸੀਂ ਫਿਰ ਅਸੀਂ ਆਏ ਉਹਦੀ ਜੇ ਨਾ ਹੋ ਸਕੇ ਨਾ ਮਿਲਿਆ ਦਿੱਲੀ ਏਅਰਪੋਰਟ ਤੋਂ ਦੀ ਫਲੈਟ ਰੋਕੀ ਜਾਊਗੀ। ਹੁਣ ਮੈਂ ਅੱਗੇ ਜੇ ਦੇਖਦੀ ਹਾਂ ਕਿ ਸਰ ਮੇਰੀ ਦਿੱਲੀ ਏਅਰਪੋਰਟ ਤੋਂ ਫਲੈਟ ਰੋਕਦੇ ਆ ਕਿ ਨਹੀਂ ਰੁਕਦੇ। 3 ਬੱਚੇ, 1 ਬੇਟਾ, 2 ਗੁਡੀਆ ਹੈ। ਹਾਂਜੀ ਸੈਕਿੰਡ ਮੈਨ, ਇੱਕ ਉਹਨੇ ਕੋਲ 2 ਬੇਟੀਆਂ ਵਾ, ਉਹ ਇਹ ਕਹਿੰਦੇ ਕਿ ਅਸੀਂ ਮਤਲਬ ਕਿ ਬਗਾਨਾ 2 ਬੱਚੀਆਂ, ਮੈਂ 3 ਨਹੀਂ ਰੱਖ ਸਕਦਾ ਇੱਦਾਂ। ਫਿਰ ਵੀ ਉਹ ਸਰ ਬਿਨਾਂ ਤਲਾਕ ਲਏ ਤੋਂ ਮੈਰਿਜ ਕਿੱਦਾਂ ਕਰਾ ਲਈ, ਇਹਨਾਂ ਦੋਨਾਂ ਬੱਚਿਆਂ ਦੀ ਪਰਵਰਿਸ਼ ਕੌਣ ਕਰੂਗਾ? ਚਲੋ ਬੇਟਾ ਮੇਰੀ ਪਹਿਲੀ ਮਰਜ਼ੀ ਦਾ, ਉਹਦਾ ਨਹੀਂ ਕਰਨਾ ਚਾਹੁੰਦਾ, ਇਹਨਾਂ ਦੀ ਕੌਣ ਪਰਵਰਿਸ਼ ਕਰੂਗਾ? ਹਾਂਜੀ 40,000 ਰੁਪਇਆ ਲਿਆ, ਇਹਨਾਂ 20,000 ਰੁਪਇਆ ਮੇਰੇ ਕੋਲ ਪਰਚਾ ਕੱਟਣ ਦਾ ਮੰਗਿਆ। ਮੈਂ ਕਿਹਾ ਸਰ ਮੇਰੇ ਕੋਲ ਇੰਨਾ ਪੈਸਾ ਨਹੀਂ ਹੈਗਾ, ਤੁਸੀਂ ਮੇਰਾ ਪਰਚਾ ਕੱਟ ਕਰ ਦਿਓ, ਮੈਂ ਅੱਗੇ ਵਕੀਲ ਵੀ ਖੜਾ ਕਰਨਾ। ਫਿਰ ਉਹ ਨਹੀਂ ਮੰਨਣ ਚਾਹੁੰਦੇ ਸੀ, ਨਹੀਂ ਪਰਚਾ ਕੱਟ, ਰਾਤ ਦੇ 7 ਵਜੇ ਸੀ ਤਾਂ ਮੈਂ ਇੱਥੇ ਨਹੀਂ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਿਹਾ ਮੈਂ ਫਿਰ ਮੈਂ ਤੁਹਾਨੂੰ ਜੇ ਤੁਹਾਨੂੰ ਪੈਸੇ ਕੱਟੇ 'ਚ ਪਰਚਾ ਕੱਟਣ ਚਾਹੀਦੇ, ਮੈਂ ਕਿਸੇ ਕੋਲ ਮੰਗਾ ਦਿੰਦੀ ਹਾਂ। ਨਹੀਂ ਦਿੱਤਾ, ਫਿਰ ਵੀ ਨਹੀਂ ਕੁਛ ਵੀ ਕੀਤਾ। ਫਿਰ ਮੇਰੇ ਕੋਲ ਹਰ ਕਲਾਸ 'ਚ ਕਹਿੰਦਾ ਹੁਣ ਪਰਚਾ ਵੀ ਕੱਟਤਾ, ਹੁਣ ਚਲ ਖਰਚਾ ਬਣ ਜਾਂਦਾ। ਮੇਰੇ ਕੋਲ ਉਹ 700 ਰੁਪਇਆ ਸੀ, ਉਹਦੇ ਵਿੱਚ ਮੈਂ 500 ਰੁਪਇਆ ਉਹਨੂੰ ਮੈਂ ਫੜਾ ਕੇ ਗਈ ਵੀ ਲੈ ਤੁਸੀਂ। ਕਹਿੰਦਾ ਸੀ 2.5 ਲੀਟਰ ਸਾਨੂੰ ਤੇਲ ਮਿਲਦਾ ਗੌਰਮੈਂਟ ਵੱਲੋਂ, ਅਸੀਂ ਇੰਨੀ ਦੂਰੋਂ ਬੰਦਾ ਚੁੱਕਣ ਗਏ 1.5 ਘੰਟੇ ਦਾ ਰਸਤਾ, ਇਹ ਕੀ ਗੌਰਮੈਂਟ ਕੀ ਹੁਣ ਮੈਂ ਉਹ ਜਿਹੜਾ ਕੋਈ ਬੰਦਾ ਚੁਕਾਏਗਾ ਜਿੱਥੇ ਜੁਰਮ ਹੋਇਆ ਉਹੀ ਖਰਚਾ ਭਰੇਗਾ ਤੇਲ ਦਾ। ਇਸ ਲੇਡੀ ਸਰ ਕਿ ਮੈਂ ਐਪਲੀਕੇਸ਼ਨ ਦਿੱਤੀ ਸੀ, ਅਤੇ ਇਹਦੇ ਵਿੱਚ ਸਰਬਜੀਤ ਕੌਰ ਨਾਮ ਇਹਦਾ, ਅਤੇ ਇਹਦੇ ਮੈਰਿਜ ਹੋਈ ਸੀ 2017 ਵਿੱਚ ਪਰਮਜੀਤ ਸਿੰਘ ਵਾਸੀ ਜੀਤੋ ਸਰਦਿਆ ਪਿੰਡ ਪੈਂਦਾ ਵਾ ਤਸਿੱਕੇ 'ਚ ਜੀ, ਅਤੇ 3 ਬੱਚੇ ਆ। ਇਹ ਕਹਿੰਦੇ ਕਿ ਮੇਰੇ ਹਸਬੈਂਡ ਨੇ ਮੇਰੇ ਨਾਲ ਤਲਾਕ ਲਏ ਤੋਂ ਬਿਨਾਂ ਹੋਰ ਵਿਆਹ ਕਰਾ ਲਿਆ ਵਾ, ਅਤੇ ਉਹਨੂੰ ਅਰੈਸਟ ਕੀਤਾ ਜਾਏ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ। ਸਰ ਇਹ ਇਹਨਾਂ ਦਾ ਇਹ ਵੀ ਕਹਿਣਾ ਸੀ ਕਿ ਇਹਨਾਂ ਨੇ ਅਰੈਸਟ ਕਰਵਾਇਆ ਸੀ ਪੁਲਿਸ ਕੋਲ, ਪਰ ਪੁਲਿਸ ਨੇ ਉਹਨਾਂ ਨੂੰ ਇਨਫਲੂਐਂਸ ਜਾ ਕੇ ਛੱਡ ਦਿੱਤਾ। ਇਹ ਜੋ ਦਰਖਾਸਤ ਰੀਲ ਕਰ ਰਿਹਾ ਉਹਨੂੰ ਬੁਲਾ ਕੇ ਪੁੱਛ ਲੈਂਦੇ ਫਿਰ ਕੀ ਕਰਵਾਈ ਕੀਤੀ ਜਾਂਦਾ। ਬਸ ਜੋ ਕੀਤਾ ਮੈਸੇਜ ਸੱਦਿਆ ਨੂੰ ਬੰਦੇ ਨੂੰ ਲਾਇਆ, ਉਸ SHO ਅਵਤਾਰ ਸਿੰਘ ਲੱਗੇ ਨੇ, ਅਤੇ ਸਿੱਕੇ ਨੂੰ ਕੀਤਾ ਫੋਨ ਵੀ ਜੇ ਹੈਗਾ ਤੈਨੂੰ ਮੈਸੇਜ ਦੇ ਵੀ ਇੱਥੇ ਬੁਲਾਓ ਨਾ ਆਪਣੇ ਕੋਲ।
ਇਹ ਲੇਡੀ ਸਬਜੀਤ ਸਿੰਘ ਸਬਜੀਤ ਕੌਰ ਹੈ ਜੀ, ਅਤੇ ਇਹਦੇ ਆਪਣੀ ਜੱਤੀ ਥਾਣੇ ਸਿਵਲ ਲਾਈਨ ਦੀ। ਇਹ ਕਹਿੰਦੀ ਕਿ ਮੇਰੀ ਮੈਰਿਜ 2017 'ਚ ਪਰਮਜੀਤ ਸਿੰਘ ਨਾਂ ਦੇ ਬੰਦੇ ਨਾਲ ਹੋਈ ਸੀ ਜੀ, ਸਾਡੇ ਪਿੰਡ ਥਾਣਾ ਦਸਿੱਕਾ ਜੀ। ਅਤੇ ਉਹਨੇ ਕਹਿੰਦੇ ਵੀ ਮੈਨੂੰ ਤਲਾਕ ਲਏ ਬਿਨਾਂ ਹੋਰ ਵਿਆਹ ਕਰਾ ਲਿਆ ਜੀ, ਪਰ ਜੋ ਬਣਦੀ ਕਾਨੂੰਨੀ ਕਾਰੀ ਕਰਾਂਗੇ ਜੀ। ਸਰ, ਇਸ ਲੇਡੀ ਦਾ ਕਹਿਣਾ ਵਾ ਕਿ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ, ਪੁਲਿਸ ਲੈ ਕੇ ਆਇਆ ਸੀ, ਬਟ ਇਨਫਲੂਐਂਸ 'ਚ ਛੱਡਤਾ। ਹਾਂਜੀ, ਉਹਨੂੰ ਜਦੋਂ ਉਹਨੇ ਦਿੱਤੀ ਹੋਈ ਐਪਲੀਕੇਸ਼ਨ, ਅਤੇ ਉਹਨਾਂ ਸੱਦਿਆ ਤਫਤੀਸ਼ੀ ਅਫਸਰ ਨੇ, ਅਤੇ ਦੁਬਾਰਾ ਕਾਲ ਕੀਤੀ, ਆ ਜਾਂਦਾ ਜੀ ਮੈਂ ਵੇਖ ਲੈਂਦੇ ਹਾਂ।